ਐਲਨ ਬੈਨਟ ਦੀ ਬਹੁਤ ਖੂਬ ਸੂਰਤ ਕੋਟੇਸ਼ਨ ਹੈ ਐਲਨ ਬੈਨਟ ਦੇ ਅਨੁਸਾਰ ਕਿਤਾਬ ਉਹ ਉਪਕਰਨ ਹੈ ਜੋ ਸਾਡੀ ਕਲਪਨਾ ਸ਼ਕਤੀ ਨੂੰ ਰੁਸ਼ਨਾਉਂਦੀ ਹੈ ਰੋਸ਼ਨ ਕਰਦੀ ਹੈ ਤੇ ਕਲਪਨਾ ਸ਼ਕਤੀ ਕਲਪਨਾ ਸ਼ਕਤੀ ਚੋਂ ਹਮੇਸ਼ਾ ਚਮਤਕਾਰ ਵੀ ਨਿਕਲਦੇ ਆ ਦੋਸਤੋ ਅੱਜ ਦੇ ਦਿਨ ਜੇ ਆਪਾਂ ਗੱਲ ਕਰੀਏ ਤਾਂ ਕਾਕਾ ਕਾਕਾ ਹੋਈ ਪਈ ਹੈ ਕਿਉਂਕਿ ਸਿੰਗਰ ਕਾਕਾ ਨੇ ਜਿੱਥੇ ਆਪਣੀ ਗਾਇਕੀ ਰਾਹੀਂ ਇੱਕ ਸ਼ਾਪ ਛੱਡੀ ਆ ਇੱਕ ਖੂਬ ਸੂਰਤ ਮੁਕਾਮ ਸਰਜੇ ਅੱਜ ਕਾਕਾ ਯਾਦ ਕੀਤਾ ਜਾ ਰਿਹਾ ਵਾ ਇੱਕ ਐਸੇ ਕਾਰਜ ਲਈ ਜਿਹੜਾ ਕਾਰਜ ਆਮ ਤੌਰ ਤੇ ਪੰਜਾਬ ਦੇ ਵਿੱਚ ਅਸੀਂ ਬਹੁਤਾ ਸੁਣਦੇ ਕਰਦੇ ਨਹੀਂ ਹੈ ਉਸਨੇ ਆਪਣੇ ਪਿੰਡ ਇੱਕ ਖੂਬ ਸੂਰਤ ਲਾਇਬ੍ਰੇਰੀ ਖੋਲੀ ਹੈ ਕਾਕਾ ਦੀ ਗਾਇਕੀ ਜੇ ਤੁਸੀਂ ਦੇਖੋਗੇ ਤਾਂ ਉਸ ਗਾਇਕੀ 'ਚ ਇੱਕ ਮਿਠਾਸ ਹੈ ਉਹਦੇ ਸ਼ਬਦਾਂ ਦੇ ਵਿੱਚ ਇੱਕ ਵਿਸ਼ੇਸ਼ ਤੌਰ ਦਾ ਜੇ ਆਪਾਂ ਦੇਖੀਏ ਤਾਂ ਖਾਸਾ ਹੈ ਉਹਦੀ ਸ਼ਬਦਾਂ ਦੀ ਜੜਤ ਇਸ ਤਰ੍ਹਾਂ ਦੀ ਹੁੰਦੀ ਹੈ ਜਿਵੇਂ ਖੂਬਸੂਰਤ ਮਟਿਆਰ ਦੇ ਦੰਦਾਂ ਦੀ ਜੜਤ ਹੋਵੇ ਉਸ ਤੇ ਗੀਤ ਇਸ ਤਰ੍ਹਾਂ ਲੱਗਦੇ ਨੇ ਕਿ ਜਿਵੇਂ ਝਰਨਿਆਂ ਦੇ ਕਲਕਲ ਪਾਣੀ ਨਾਲ ਕਵਿਤਾ ਜਿਹੜੀ ਵਹਿੰਦੀ ਤੁਰ ਜਾਂਦੀ ਹੋਵੇ ਉਸ ਦੀ ਗਾਇਕੀ ਬਾਰੇ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਉਸ ਦੀ ਕਲਮ ਬਾਰੇ ਬਹੁਤ ਗੱਲਾਂ ਕੀਤੀਆਂ ਜਾ ਸਕਦੀਆਂ ਪਰ ਜੋ ਉਸ ਨੇ ਇਹ ਕਾਰਜ ਕੀਤਾ ਹੈ ਮੇਰੇ ਖਿਆਲ ਨਾਲ ਅੱਜ ਦੀ ਤਾਰੀਖ ਦੇ ਵਿੱਚ ਇਹਦੀ ਗੱਲ ਵਧੇਰੇ ਹੋਣੀ ਚਾਹੀਦੀ ਹੈ ਕਿਉਂਕਿ ਇਹ ਹੋ ਬਹੁਤ ਘਟ ਰਿਹਾ ਹੈ ਪੰਜਾਬ 'ਚ। ਦਰਅਸਲ ਕਾਕਾ ਦੇ ਪਿਤਾ ਦੱਸਦੇ ਆ ਕਿ ਕਾਕਾ ਜਦੋਂ ਸੰਘਰਸ਼ ਦੇ ਦਿਨਾਂ 'ਚ ਸੀਗਾ ਉਸ ਵੇਲੇ ਹੀ ਸੋਚ ਰੱਖਿਆ ਸੀ ਖਾਬ ਸਜਾ ਰੱਖਿਆ ਸੀਗਾ ਕਿ ਜੇਕਰ ਮੈਂ ਕਾਮਯਾਬ ਹੋਇਆ ਕਦੇ ਜ਼ਿੰਦਗੀ 'ਚ ਇਨਾਂ ਨੂੰ ਆਇਆ ਤਾਂ ਮੈਂ ਲਾਇਬ੍ਰੇਰੀ ਖੋਲਾਂਗਾ ਆਪਣੇ ਪਿੰਡ ਦੇ ਵਿੱਚ। ਹੁਣ 3 ਵਿਘੇ ਜ਼ਮੀਨ ਲਈ ਆ। ਉਸ ਤੇ ਲਾਇਬ੍ਰੇਰੀ ਉਸਰੀ ਹੈ। ਲਾਇਬ੍ਰੇਰੀ ਦਾ ਆਕਾਰ वायलन वाला है ਹੁਣ ਤੁਸੀਂ ਉਸ ਬੰਦੇ ਦਾ ਨਜ਼ਰੀਆ ਦੇਖੋ ਵੈਸੇ ਕਹਿੰਦੇ ਆ ਕਿ ਆਰਕੀਟੈਕਟ ਵੀ ਰਿਹਾ ਕਾਕਾ ਕੁਝ ਸਮਾਂ ਪੁੜਾਚ ਕੰਮ ਵੀ ਕੀਤਾ ਹੈ ਉਸਨੇ ਉਹ ਜਿਹੜਾ ਵਾਇਲਨ ਦਾ ਆਕਾਰ ਬਣਾਇਆ ਹੈ ਜੋ ਮਤਲਬ ਕਿ ਬੰਤਰ ਹੈ ਇਸ ਉਸਾਰੀ ਦੀ ਲਾਇਬ੍ਰੇਰੀ ਦੀ ਤਾਂ ਦੇਖਣੀ ਹੋ ਗਿਆ ਕਿ ਇੱਕ ਪਾਸੇ ਸਾਜ਼ ਹੈ ਤੇ ਸਾਜ਼ ਵਾਲੀ ਇਮਾਰਤ ਜੋ ਆਕਾਰ ਚ ਸਾਈਜ਼ ਦੇ ਜਿਸ ਹਿਸਾਬ ਨਾਲ ਦੇਖੇ ਤਾਂ ਖਾਸੀ ਵੱਡੀ ਹੈ ਜਿਹੜੀ ਸਾਜ ਨੂੰ ਸਮੋਈ ਬੈਠੀ ਹੈ ਸ਼ਕਲ ਦੇ ਰੂਪ ਦੇ ਵਿੱਚ ਆਪਣੇ ਉੱਤੇ ਤਾਂ ਉਹਦੇ ਵਿੱਚ ਕੀ ਹੈ ਸ਼ਬਦ ਹੈ ਸਾਜ ਤੇ ਸ਼ਬਦ ਖੂਬਸੂਰਤ ਸੁਮੇਲ ਅਜ਼ੂਰ ਇਹ ਕਾਕਾ ਦੀ ਜੇ ਮੈਂ ਸਮਝਾਂ ਤਾਂ ਮੈਨੂੰ یوں ਲੱਗਦਾ ਕਿ ਇਹ ਬૌਧਿਕ ਅਮੀਰੀ ਹੈ ਇਹ ਕਿਸੇ ਵੀ ਬੰਦੇ ਦੀ ਬૌਧਿਕ ਅਮੀਰੀ ਹੁੰਦੀ ਹੈ ਜਿਹੜੀ ਇੱਥੋਂ ਤੱਕ ਸੋਚ ਸ਼ਕਤੀ ਚੱਲਦੀ ਹੈ ਤਾਂ ਕਲਪਨਾ ਦੀ ਗੱਲ ਕੀਤੀ ਸੀ ਆਪਾਂ ਕਿ ਕਲਪਨਾ ਸ਼ਕਤੀ ਚੜੀ ਹੈ ਉਹ ਸਾਹਿਤ ਨਾਲ ਜਗਦੀ ਹੈ ਕਿਤਾਬਾਂ ਨਾਲ ਜਗਦੀ ਹੈ ਤਾਂ ਮੈਨੂੰ ਲੱਗਦਾ ਹੈ ਕਿ ਕਾਕਾ ਕਾਫੀ ਕੁਝ ਸਾਹਿਤਕ ਰੰਗ ਪੜ ਚੁੱਕੇ ਆ ਖੈਰ ਨਹੀਂ ਤਾਂ ਜ਼ਰੂਰ ਉਹਨਾਂ ਨੂੰ ਸਮਝਿਆ ਚੇਟਕ ਜ਼ਰੂਰ ਆ ਕਿਤਾਬਾਂ ਦੀ ਸ਼ਬਦ ਦੀ ਮਹੱਤਤਾ ਜ਼ਰੂਰ ਪਤਾ ਹੈ ਪਰ ਉਹਨਾਂ ਦੇ ਇਸ ਕਾਰਜ ਦੀ ਵਡਿਆਈ ਜਿੰਨੀ ਵੀ ਕੀਤੀ ਜਾ ਸਕੇ ਬਹੁਤ ਥੋੜੀ ਆ ਆਤੀ ਥੋੜੀ ਆ ਕਿਉਂਕਿ ਇੱਕ ਪਾਸੇ ਸਾਡੀ ਸਰਕਾਰ ਦੀ ਜੇ ਤੁਸੀਂ ਨਲਾਇਕੀ ਦੇਖੋਗੇ ਤੇ ਅੱਜ ਤੋਂ ਕੁਝ ਸਮਾਂ ਪਹਿਲਾਂ ਮੈਂ ਇੱਕ ਨਾ ਮੀਡੀਆ ਰਿਪੋਰਟ ਪੜ੍ਹੀ ਸੀਗੀ ਉਸ ਮੀਡੀਆ ਰਿਪੋਰਟ ਦੇ ਵਿੱਚ ਜ਼ਿਕਰ ਸੀ ਕਿ ਜਿਹੜੀਆਂ ਸਕੂਲਾਂ ਦੀਆਂ ਲਾਇਬ੍ਰੇਰੀਆਂ ਨੇ ਉਹਦੇ ਵਿੱਚ 90% ਲਾਇਬ੍ਰੇਰੀਅਨ ਹਾਈ ਨਹੀਂ ਐ। ਇਹੀ ਹਾਲ ਕਾਲਜਾਂ ਦਾ 76% ਲਾਇਬ੍ਰੇਰੀਅਨ ਹਾਈ ਨਹੀਂ ਐ। ਇਸ ਤੋਂ ਇਲਾਵਾ ਸੈਂਟਰਲ ਲਾਇਬ੍ਰੇਰੀ ਬਾਰੇ ਪੜਿਆ ਕਿ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਉਦੋਂ 800 ਬੰਦੇ ਜਿੱਥੇ ਬਹਿ ਸਕਦੇ ਸੀ ਉਹ ਹਾਲ ਬੰਦ ਐ। ਕੋਈ ਐਸੀ ਨਹੀਂ ਹੈਗਾ ਇਥੋਂ ਤੱਕ ਕਿ ਕੋਲਕਾਤਾ ਦੀ ਰਾਜਾ ਰਾਮ ਮੋਨ ਰਾਏ ਫਾਊਂਡੇਸ਼ਨ ਜਿਹੜਾ ਸਾਲਾਨਾ 30 ਲੱਖ ਦਾ ਯੋਗਦਾਨ ਕੱਲਿਆ ਕਰਦੀ ਸੀ ਉਸ ਵੇਲੇ ਤੱਕ 10 ਸਾਲ ਬੀਤ ਗਏ ਸਨ ਕਿ ਕਿਸੇ ਸਰਕਾਰ ਨੇ ਜੋ ਆਪਣਾ ਕੰਟਰੀਬਿਊਸ਼ਨ ਹੁੰਦਾ ਸੀ ਉਹ ਦਿੱਤਾ ਨਹੀਂ ਤੇ ਉਹਦੇ ਕਰਕੇ ਉਹ ਵੀ 30 ਲੱਖ ਰੁਪਈਆ ਉਸ ਬਰੇ ਮੁੜ ਗਿਆ ਸੀ ਮਤਲਬ ਕਿ ਇੱਕ ਪਾਸੇ ਸਾਡਾ ਜਿਹੜਾ ਲਾਇਬ੍ਰੇਰੀ ਕਲਚਰ ਵਿਕਸਿਤ ਹੋਣਾ ਚਾਹੀਦਾ ਸੀ ਪਰਫੁੱਲਤ ਹੋਣਾ ਚਾਹੀਦਾ ਸੀਗਾ ਉਹ ਸਾਡੇ ਸਿਆਸਤਦਾਨਾਂ ਦੀ ਅਣਦੇਖੀ ਤੇ ਚਲਦੇ ਆ ਡਿੱਗ ਗਿਆ ਡਾਵਾ ਡੋਲ ਹੋ ਗਿਆ ਤੇ ਦੂਸਰੇ ਪਾਸੇ ਕਾਕਾ ਇਹੋ ਜਿਹਾ ਯਤਨ ਕਰਕੇ ਅੱਜ ਸਾਡੇ ਸਾਰਿਆਂ ਦੇ ਵਿੱਚ ਮਿਸਾਲ ਬਣ ਕੇ ਖਲੋਤਾ ਹੈ ਜ਼ਰੂਰਤ ਹੈ ਇਸ ਮਿਸਾਲ ਤੋਂ ਮਿਸ਼ਾਲ ਜਗਾਉਣ ਦੀ ਤੇ ਉਸ ਮਿਸ਼ਾਲ ਦੇ ਨਾਲ ਇਹ ਦੀਵਾ ਦੀਵਾ ਕਰਕੇ ਅੱਗੇ ਸਾਰਾ ਬਨੇਰਾ ਰਿਸ਼ਨਾਉਣ ਦੀ ਤਾਂ ਦੇਖਦੇ ਆ ਅੱਗੇ ਕਿੰਨੀ ਕੁ ਰੌਸ਼ਨੀ ਹੁੰਦੀ ਆ ਉਮੀਦ ਜ਼ਰੂਰ ਆ ਕਿ ਇਹ ਸ਼ਬਦਾਂ ਦੇ ਦੀਵੇਦਰ ਦੀਵੇ ਇਸੇ ਤਰ੍ਹਾਂ ਜਗਦੇ ਰਹਿਣਗੇ ਇਜਾਜ਼ਤ ਦਿਓ ਅਗਲੀ ਵਾਰ ਫੇਰ ਮਿਲਾਂਗੇ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ